ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ, ਕਿਵੇਂ ਹੋ ਸਾਰੇ? ਹਾਂਜੀ, ਆਪਾਂ ਅੱਜ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਹਾਂ, ਆਹ ਵਾਲਾ। ਠੀਕ ਹੈ, ਇਹ ਵੈਸੇ ਮੇਰਾ ਇੱਕ ਪਹਿਲਾਂ ਮੈਂ ਡਿਜ਼ਾਈਨ ਬਣਾਇਆ ਸੀ, ਉਹਦੇ ਨਾਲ ਦਾ ਹੀ ਆ। ਉਹਦੇ ਵਿੱਚ ਮੈਂ 3 ਫਲਾਵਰ ਬਣਾਏ ਸੀਗੇ, ਇਹਦੇ ਵਿੱਚ ਬਸ 2 ਫਲਾਵਰ ਆ, ਉੱਪਰ ਨੀਚੇ ਅਤੇ ਇੱਕ ਛੋਟਾ ਜਿਹਾ ਉੱਪਰ ਬਰਡ, ਛੋਟਾ ਜਿਹਾ ਫਲਾਵਰ ਹੈ। ਠੀਕ ਹੈ, ਇਹ ਵਾਲਾ ਡਿਜ਼ਾਈਨ ਹੈ। ਠੀਕ ਹੈ, ਇਹ ਕਰਾਂਗੇ ਆਪਾਂ। ਮੈਂ ਇੱਥੇ ਪੈਨਸਿਲ ਨਾਲ ਡਰਾਅ ਕਰ ਲਿਆ ਸੀਗਾ, ਠੀਕ ਹੈ, ਅਤੇ ਫਿਰ ਦੁਬਾਰੇ ਮੈਂ ਇਹਨੂੰ ਟਰੇਸ ਕਰ ਲਿਆ, ਕਿਉਂਕਿ ਦੁਪੱਟੇ 'ਤੇ ਵੀ ਕਰਨਾ ਅਤੇ ਇੱਥੇ ਹਿੱਪ 'ਤੇ ਕਰਨਾ ਸੀਗਾ ਉੱਪਰ, ਇੱਥੇ ਟਰੇਸ। ਠੀਕ ਹੈ, ਅਤੇ ਮੈਂ ਇੱਥੇ ਨੀਲ ਨਾਲ ਕੀਤਾ, ਠੀਕ ਹੈ, ਡਿਜ਼ਾਈਨ ਟਰੇਸ ਕਰਕੇ, ਪਿਨਅਪ ਕਰਕੇ। ਠੀਕ ਹੈ, ਅਤੇ ਹੁਣ ਇਹ ਨੂੰ ਮੈਂ ਜਿਹੜਾ ਨੀਲ ਹੈ ਇਹਨੂੰ ਬ੍ਰੱਸ਼ ਨਾਲ ਨਾ ਲਾਈਟ ਕਰ ਦਾਂਗੀ ਇਸ ਤਰ੍ਹਾਂ, ਕਿਉਂਕਿ ਜੇ ਪਹਿਲਾਂ ਹੀ ਇਹਨੂੰ ਲਾਈਟ ਕਰ ਦਿੱਤਾ ਜਾਵੇ ਨਾ, ਫਿਰ ਜਦੋਂ ਆਪਾਂ ਪੇਂਟਿੰਗ ਕਰਦੇ ਹਾਂ ਤਾਂ ਇਹ ਵਿੱਚ ਲੁੱਕ ਜੂਗਾ। ਠੀਕ ਹੈ, ਵੀ ਐਂ ਅਲੱਗ ਆਪਣਾ ਸ਼ੋਅ ਨਹੀਂ ਹੋਣਾ। ਇਹ ਕੋਟਨ ਦੇ ਕੱਪੜੇ ਤੋਂ ਤਾਂ ਇਹ ਨੀਲ ਦਾ ਨਿਕਲਦਾ ਹੀ ਨਹੀਂ ਗਾ। ਠੀਕ ਹੈ, ਇਸ ਕਰਕੇ ਆਪਾਂ ਨੂੰ ਲਾਈਟ ਕਰਕੇ ਪੇਂਟਿੰਗ ਨਾਲ ਹੀ ਇਹਨੂੰ ਕਵਰ ਕਰ ਲਾਂਗੇ, ਵੀ ਮਤਲਬ ਲੁਕੋ ਦਾਂਗੇ। ਠੀਕ ਹੈ, ਬਾਜੂ 'ਤੇ ਬਣਾਏ ਆਪਾਂ ਸਿੰਗਲ ਫਲਾਵਰ। ਠੀਕ ਹੈ, ਇੱਧਰ ਆਪਾਂ ਟਰੇਸ ਕੀਤਾ ਸੀ ਕਿਉਂਕਿ ਇਹਦਾ ਮੂੰਹ ਦੂਜੇ ਪਾਸੇ ਕਰਨਾ ਸੀ ਆਪਾਂ। ਬਾਜੂ 'ਤੇ ਆਪਾਂ ਜਦੋਂ ਫਲਾਵਰ ਪਾਉਂਦੇ ਹਾਂ, ਇੱਕ ਸਾਈਡ ਦੂਜੇ ਪਾਸੇ ਮੂੰਹ ਹੁੰਦਾ ਫਲਾਵਰ ਦਾ, ਅਤੇ ਵੀ ਇੱਧਰਲਾ ਇੱਧਰ ਹੁੰਦਾ, ਦੂਜਾ ਉੱਧਰ ਹੁੰਦਾ, ਵੀ ਓਪੋਜ਼ਿਟ ਹੁੰਦੇ ਹੈਗੇ। ਠੀਕ ਹੈ, ਇਹ ਚੀਜ਼ ਤਾਂ ਸਭ ਨੂੰ ਪਤਾ ਹੋਊਗੀ। ਓਕੇ, ਸੇਮ ਕਲਰ ਹੀ ਯੂਜ਼ ਕਰਾਂਗੇ ਆਪਾਂ, ਔਰੇਂਜ ਹੈ ਨਾਲ ਮਜੈਂਟਾ ਹੈ। ਠੀਕ ਹੈ, ਇਹ ਮਿਕਸਿੰਗ ਟਾਈਪ, ਸ਼ੇਡਿੰਗ ਟਾਈਪ ਜਿਹਾ ਹੋਊਗਾ, ਨਾ ਹੀ ਵਨ ਸਟੋਕ ਹੈ ਅਤੇ ਨਾ ਹੀ ਚੰਗੀ ਤਰ੍ਹਾਂ ਮਿਕਸਿੰਗ ਹੈ, ਮਤਲਬ ਵਿੱਚੇ ਸ਼ੇਡਿੰਗ ਹੈ, ਵਿੱਚੇ ਮਿਕਸਿੰਗ ਹੈ, ਮਿਕਸ ਖਿਚੜੀ। ਠੀਕ ਹੈ, ਹਾਂਜੀ ਫਰੈਂਡਸ, ਜਿਵੇਂ ਦੇਖੋ ਆਪਣਾ ਇਹ ਡਿਜ਼ਾਈਨ ਬਣਿਆ ਹੋਇਆ। ਠੀਕ ਹੈ, ਇਹ ਜਿਹੜਾ ਹਿੱਪ ਵਾਲਾ ਹੈਗਾ, ਹਿੱਪ ਕੋਲ ਬਣਿਆ ਨਾ ਉੱਪਰਲੇ ਪਾਸੇ, ਦੋਨੋਂ ਸੇਮ ਹੈ ਵੈਸੇ, ਆਪਾਂ ਇੱਥੇ ਤੁਸੀਂ ਦੇਖੀ ਜਾਓਗੇ ਸੇਮ ਹੀ ਉਹ ਬਣੂਗਾ ਨਾਲ ਨਾਲ। ਠੀਕ ਹੈ, ਅਤੇ ਆਹ ਦੇਖੋ ਜਿਵੇਂ ਇੱਥੇ ਆ, ਜਿਵੇਂ ਛੋਟੇ ਛੋਟੇ ਫਲਾਵਰ ਬਣੇ ਹੋਏ ਆ ਨਾ, ਉੱਥੇ ਆਪਾਂ ਪਹਿਲਾਂ ਨੀਚੇ ਬੇਸ ਲਗਾਉਣਾ। ਤੁਹਾਨੂੰ ਦੇਖ ਹੀ ਰਿਹਾ ਹੋਣਾ ਹਲਕਾ ਹਲਕਾ ਨਾ ਨੀਚੇ ਗ੍ਰੀਨ ਕਲਰ ਦਾ ਬੇਸ ਲੱਗਿਆ ਹੋਇਆ ਹੈਗਾ। ਠੀਕ ਹੈ, ਕਿਤੇ ਆਪਾਂ ਹਲਕਾ ਜਿਹਾ ਬਰਾਊਨ ਕਰ ਦਾਂਗੇ, ਕਿਤੇ ਤਾਂ ਬਸ ਫਲਾਵਰ ਦੇ ਨੀਚੇ ਗ੍ਰੀਨ ਬੇਸ ਲਗਾਉਣਾ ਹੈਗਾ। ਅਤੇ ਇਹਦੇ ਲਈ ਮੈਂ ਬ੍ਰੱਸ਼ ਲੈ ਲਿਆ ਹੈਗਾ, ਪੁਰਾਣਾ ਖਿਲਰਿਆ ਹੋਇਆ 5 ਨੰਬਰ ਫਲੈਟ। ਠੀਕ ਹੈ, ਅਤੇ ਹੁਣ ਜਿਵੇਂ ਆਪਾਂ ਕਲਰ ਲਊਂਗੀ, ਠੀਕ ਹੈ, ਅਤੇ ਇਹਨੂੰ ਬ੍ਰੱਸ਼ ਨੂੰ ਕੱਪੜੇ 'ਤੇ ਪਹੁੰਚ ਕੇ ਚੰਗੀ ਤਰ੍ਹਾਂ ਥੋੜ੍ਹਾ ਖਾਲੀ ਕਰਕੇ, ਫਿਰ ਮਤਲਬ ਜਿੱਥੇ ਜਿੱਥੇ ਆਪਣੇ ਛੋਟੇ ਫਲਾਵਰ ਨੇਗੇ, ਠੀਕ ਹੈ, ਉੱਥੇ ਉੱਥੇ ਹਲਕਾ ਹਲਕਾ ਆਪਾਂ ਬੇਸ ਦੇਣਾ, ਡਰਾਈ ਡਰਾਈ। ਠੀਕ ਹੈ, ਜਿੱਥੋਂ ਵੀ ਮਤਲਬ ਜਿੱਥੇ ਆਪਣੀ ਖਤਮ ਹੋਣੀ ਚਾਹੀਦੀ ਹੈ ਨਾ, ਉੱਥੇ ਇੱਦਾਂ ਸ਼ੇਡ ਆਉਣਾ ਚਾਹੀਦਾ। ਇਸ ਤਰ੍ਹਾਂ ਇਸ ਤਰ੍ਹਾਂ, ਠੀਕ ਹੈ, ਮੇਰਾ ਹੱਥ ਆ ਰਿਹਾ ਅੱਗੇ ਹੈ ਨਾ, ਬਿਲਕੁਲ ਡਰਾਈ ਕਰਕੇ ਬ੍ਰੱਸ਼ ਨੂੰ
ਡਰਾਈ ਡਰਾਈ ਆਪਾਂ ਕਰਨਾ ਹੈਗਾ। ਓਹੋ ਹੱਥ ਆ ਰਿਹਾ ਮੇਰਾ। ਇੱਥੇ ਨਾ ਜਿੰਨੀ ਵੀ ਆਹ ਸਪੇਸ ਹੈ ਇੱਥੋਂ ਤੱਕ, ਇੱਥੇ ਸਾਰੇ ਛੋਟੇ ਫਲਾਵਰ ਹੀ ਬਣੇ ਹੋਏ ਨੇਗੇ। ਇਸ ਤਰ੍ਹਾਂ ਰਾਊਂਡ 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 ਕਰਕੇ ਡਰਾਈ ਡਰਾਈ ਬਿਲਕੁਲ, ਫਿਰ ਇਸ ਤਰ੍ਹਾਂ ਸ਼ੇਡ ਦੇ ਦਿਓ। ਠੀਕ ਹੈ, ਵੀ ਆਪਣਾ ਇਹ ਜਿਹੜਾ ਬੇਸ ਹੈ ਕਿੱਥੇ ਖਤਮ ਹੋ ਰਿਹਾ ਇਸ ਚੀਜ਼ ਦਾ ਨਹੀਂ ਪਤਾ ਲੱਗਣਾ ਚਾਹੀਦਾ। ਠੀਕ ਹੈ, ਅਤੇ ਉੱਪਰ ਇੱਦਾਂ ਫਲਾਵਰ ਆਉਣਗੇ ਛੋਟੇ ਛੋਟੇ। ਜਿੰਨਾ ਹੋ ਸਕੇ ਪੂਰਾ ਕਾਪੀ ਕਰਿਆ ਕਰੋ, ਮਤਲਬ ਪੂਰਾ ਜਿੱਦਾਂ ਤੁਹਾਨੂੰ ਦਿਖ ਰਿਹਾ ਡਿਜ਼ਾਇਨ ਉਸ ਤਰ੍ਹਾਂ ਪੂਰੇ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ, ਪੂਰੇ ਧਿਆਨ ਨਾਲ ਕਰਿਆ ਕਰੋ। ਠੀਕ ਹੈ, ਇੱਕ ਇੱਕ ਗੱਲ ਤੁਸੀਂ ਧਿਆਨ ਨਾਲ ਸੁਣਿਆ ਕਰੋ ਮੇਰੀ, ਅਤੇ ਫਿਰ ਹੀ ਮਤਲਬ ਮੈਂ ਪੂਰਾ ਡੀਪਲੀ ਤੁਹਾਨੂੰ ਸਮਝਾਉਂਦੀ ਹੈਗੀ, ਕੋਈ ਮਤਲਬ ਮੈਂ ਕਸਰ ਨਹੀਂ ਛੱਡਦੀ। ਵੀ ਤੁਹਾਨੂੰ ਮਤਲਬ ਕਲਾਸਾਂ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਮੈਂ ਇੰਨਾ ਵਧੀਆ ਤੁਹਾਨੂੰ ਯੂਟਿਊਬ 'ਤੇ ਦੱਸ ਰਹੀ ਹਾਂ, ਫਿਰ ਵੀ ਪਤਾ ਨਹੀਂ ਕਿਉਂ ਤੁਸੀਂ ਕਲਾਸਾਂ ਲਗਾਉਣ ਨੂੰ ਕਹਿੰਦੇ ਰਹਿੰਦੇ ਵੀ ਕਲਾਸਾਂ ਲਗਾਉਣੀਆਂ ਨੇ। ਪੂਰੀਆਂ ਸਾਰੀਆਂ ਵੀਡੀਓ ਸਾਰੀਆਂ ਕਲਾਸਿਸ ਯੂਟਿਊਬ 'ਤੇ ਪਈਆਂ ਨੇ ਮੇਰੇ ਚੈਨਲ 'ਤੇ, ਤੁਸੀਂ ਸਾਰਾ ਉੱਥੋਂ ਸਿੱਖ ਸਕਦੇ ਹੋ ਆਰਾਮ ਨਾਲ। ਜੇ ਕੁਛ ਨਹੀਂ ਸਮਝ ਆਉਂਦੀ ਮੈਨੂੰ ਵਟਸਐਪ ਕਰ ਲਿਆ ਕਰੋ, ਕੋਈ ਵੀਡੀਓ ਨਹੀਂ ਮਿਲਦੀ ਪੁੱਛ ਲਿਆ ਕਰੋ। ਠੀਕ ਹੈ, ਇੱਥੇ ਹਲਕਾ ਜਿਹਾ ਵਿੱਚ ਆਪਾਂ ਬਰਾਊਨ ਦਾ ਟੱਚਅਪ ਵੀ ਦੇ ਸਕਦੇ ਹਾਂ। ਆਹ ਵਾਲੀ ਜਗ੍ਹਾ 'ਚ ਵੀ ਸਾਰੇ ਫਲਾਵਰ ਨੇਗੇ। ਜਿੱਥੇ ਵੀ ਮਤਲਬ ਆਪਣੇ ਛੋਟੇ ਛੋਟੇ ਫਲਾਵਰ ਬਣਨਗੇ ਉੱਥੇ ਨੀਚੇ ਬੇਸ ਦੇਣਾ ਆਪਾਂ। ਐਕਚੁਲੀ ਨਾਲੇ ਜਿਵੇਂ ਤੁਸੀਂ ਕਲਾਸਿਸ ਲਗਾਉਂਦੇ ਹੋ ਉੱਥੋਂ ਵੀ ਮਤਲਬ ਅਗਲਾ ਦੁਬਾਰਾ ਰਿਪੀਟ ਨਹੀਂ ਕਰਦਾ, ਰਿਪੀਟ ਕਰਨਾ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਨਾ। ਅਤੇ ਤੁਸੀਂ ਵੀਡੀਓਜ਼ ਦੇਖੋ ਕਿੰਨੀ ਕਲੀਅਰਲੀ ਵੀਡੀਓਜ਼ ਮੈਂ ਪਾਈਆਂ ਹੋਈਆਂ, ਉਹ ਤੁਸੀਂ ਰਿਪੀਟ ਰਿਪੀਟ ਆਰਾਮ ਨਾਲ ਜਿਵੇਂ ਮਰਜ਼ੀ ਦੇਖ ਕੇ ਕਰ ਸਕਦੇ ਹੋਗੇ। ਠੀਕ ਹੈ,
ਬਹੁਤ ਲੜਕੀਆਂ ਨੇ ਮਤਲਬ ਮੇਰੀਆਂ ਵੀਡੀਓਸ ਦੇਖ ਦੇਖ ਕੇ ਆਪਣੇ ਮਤਲਬ ਸੂਟ ਪੇਂਟ ਕਰਨੇ ਵੀ ਸ਼ੁਰੂ ਕਰਦੇ ਨੇਗੇ, ਵੀ ਇੰਨਾ ਵਧੀਆ ਉਹ ਆਰਾਮ ਨਾਲ ਧੀਰਜ ਨਾਲ ਸਿੱਖ ਰਹੀਆਂ ਨੇਗੀਆਂ, ਵਧੀਆ ਕਰ ਰਹੇ ਨੇ ਕੰਮ। ਤੁਸੀਂ ਵੀ ਸਿੱਖ ਸਕਦੇ ਹੋ, ਬਸ ਥੋੜ੍ਹਾ ਪੇਸ਼ੈਂਸ ਰੱਖ ਕੇ, ਠੀਕ ਹੈ, ਕਰ ਸਕਦੇ ਹੋ, ਸਾਰੇ ਸਿੱਖ ਸਕਦੇ ਹੋ। ਠੀਕ ਹੈ, ਹੁਣ ਜਿਵੇਂ ਜਿਵੇਂ ਜਿੱਥੇ ਜਿੱਥੇ ਆਪਣੇ ਛੋਟੇ ਫਲਾਵਰ ਬਣ ਗਏ ਆਪਾਂ ਬੇਸ ਲਗਾ ਤਾ। ਓਕੇ, ਅਤੇ ਹੁਣ ਆਪਾਂ ਪੱਤੀਆਂ ਕੰਪਲੀਟ ਕਰਾਂਗੇ। ਠੀਕ ਹੈ, ਅਬ ਹਮ ਲੀਫ ਕਰੇਂਗੇ। ਇਸਮੇ ਨਾ ਦੋ ਤਰ੍ਹਾਂ ਕੀ ਲੀਫਸ ਹੈ, ਮਤਲਬ ਦੋ ਸ਼ੇਡ ਹੈ, ਜੈਸੇ ਡਾਰਕ ਗ੍ਰੀਨ ਵੀ ਹੈ, ਸੈਪ ਗ੍ਰੀਨ ਵੀ ਹੈ, ਬੀਚ ਮੇ ਥੋੜ੍ਹਾ ਲਾਈਟ ਗ੍ਰੀਨ ਵੀ ਹੈ। ਠੀਕ ਹੈ, ਪਹਿਲੇ ਹਮ ਡਾਰਕ ਗ੍ਰੀਨ ਵਾਲੀ ਕਰਤੇ ਹੈ। ਇਸਕੇ ਲੀਏ ਮੈਨੇ ਲੈ ਲਿਆ ਡਾਰਕ ਗ੍ਰੀਨ ਕਲਰ। ਠੀਕ ਹੈ, ਪਹਿਲੇ ਹਮ ਯਹਾਂ ਪੇ ਸੈਂਟਰ ਮੇ ਲਾਈਨਸ ਲਗਾ ਲੇਂਗੇ, ਫਿਰ ਏਕ ਸਾਈਡ ਸੇ ਊਪਰ ਸੇ ਐਸੇ, ਮਤਲਬ ਊਪਰ ਵਾਲੀ ਸਾਈਡ ਡਾਰਕ ਕਲਰ। ਠੀਕ ਹੈ, ਬ੍ਰਸ਼ ਮੇਰੇ ਪਾਸ ਹੈ 5 ਨੰਬਰ ਫਲੈਟ, ਇਹ ਖਰਾਬ ਨਹੀਂ ਹੈ, ਥੋੜ੍ਹਾ ਸਾ ਮਤਲਬ ਠੀਕ ਹੈ, ਵੈਸੇ ਯੂਜ਼ੇਬਲ ਹੈ, ਵੀ ਮੈਂ ਪਹਿਲੇ ਯੂਜ਼ ਕੀਆ ਹੋਇਆ ਹੈ, ਬਿਲਕੁਲ ਨਿਆ ਵੀ ਨਹੀਂ ਹੈ ਔਰ ਬਿਲਕੁਲ ਖਰਾਬ ਵੀ ਨਹੀਂ ਹੈ। ਠੀਕ ਹੈ, ਅਬ ਮੈਂ ਲੈ ਰਹੀ ਹੂੰ ਵਾਈਟ ਕਲਰ, ਔਰ ਯਹਾਂ ਪੇ ਅਬ ਯਹਾਂ ਸੇ ਊਪਰ ਕੀ ਤਰਫ ਵਾਈਟ। ਠੀਕ ਹੈ, ਤੋ ਵੀ ਇਸਕੋ ਐਸੇ ਅੱਛੇ ਸੇ ਮਿਕਸ ਕਰਨਾ ਹੈ, ਫਿਰ ਸੇ ਹਮ ਉਸਕੋ ਅੱਛੇ ਸੇ ਸੈੱਟ ਕਰਨੇ ਕੇ ਲੀਏ ਦੁਬਾਰਾ ਗ੍ਰੀਨ ਟੱਚ ਲੈ ਕਰ ਐਸੇ ਕਰੇਂਗੇ। ਠੀਕ ਹੈ, ਫਿਰ ਬ੍ਰਸ਼ ਕੋ ਪਹੁੰਚ ਕੇ ਵਾਈਟ ਕਲਰ ਲੈ ਕਰ ਊਪਰ ਕੀ ਤਰਫ ਕਰੇਂਗੇ। ਠੀਕ ਹੈ, ਅਬ ਇਸਕੋ ਅੱਛੇ ਸੇ ਐਸੇ ਐਸੇ ਮਿਕਸ ਕਰੇਂਗੇ। ਠੀਕ ਹੈ, ਅਭੀ ਮੈਂ ਫਿਰ ਸੇ ਗ੍ਰੀਨ ਕਲਰ ਲੈ ਰਹੀ ਹੂੰ, ਠੀਕ ਹੈ, ਐਸੇ ਮੈਨੇ ਥੋੜ੍ਹੀ ਸੀ ਹਲਕੀ ਸੀ ਸ਼ੇਡ ਸੀ ਸ਼ੋ ਕਰਦੀ ਹੈ ਇਸਮੇ। ਅਬ ਜਬ ਦੂਸਰੀ ਸਾਈਡ ਹੈ ਤੋ ਨੀਚੇ ਸੇ ਹਮ ਇਸ ਲਾਈਨ ਸੇ ਹਮ ਕਰੇਂਗੇ ਡਾਰਕ ਐਸੇ ਬਾਹਰ ਕੀ ਤਰਫ। ਠੀਕ ਹੈ, ਔਰ ਬ੍ਰਸ਼ ਕੋ ਪਹੁੰਚ ਕੇ ਅਬ ਲੈ ਰਹੀ ਹੂੰ ਵਾਈਟ ਕਲਰ, ਤੋ ਊਪਰ ਸੇ ਵਾਈਟ ਅੰਦਰ ਕੋ। ਠੀਕ ਹੈ, ਅਬ ਇਸਕੋ ਮਿਕਸ ਕਰੇਂਗੇ। ਅਬ ਮੈਂ ਲੈ ਰਹੀ ਹੂੰ ਗ੍ਰੀਨ ਕਲਰ, ਠੀਕ ਹੈ, ਐਸੇ ਬਣੇਗੀ ਇਹ ਵਾਲੀ ਲੀਵਸ। ਠੀਕ ਹੈ,
ठीक है। देखो मिक्सिंग भी हो गई हमारी और शेडिंग भी हो गई, ठीक है। मैंने बोला था ना दोनों चीज़ें मिक्स होंगी, इसमें शेडिंग भी आएगी मिक्सिंग भी आएगी। ओके, समझ में आ गया आपको, ऐसे ही बनानी है हमने इस फ्लावर्स की लीव्स। ओके, अभी इसको हम करते हैं थोड़ा सैप ग्रीन कलर के साथ, ठीक है। पहले हम सेंटर में लाइन लगाएंगे, ओके। फिर चाहे तो आप मतलब ऑपोजिट करना है, ऐसा नहीं कि मैंने इस पत्ती में जब, अरे हिंदी कब मिक्स हो गई पता ही नहीं चला इन्होंने पंजाबी में शुरू की थी चलो ठीक है ਠੀਕ ਹੈ। ਐਵੇਂ ਨਹੀਂ ਹੈਗਾ ਕਿ ਆਪਾਂ ਵੀ ਜਿਵੇਂ ਮੈਂ ਇਹ ਪੱਤੀ 'ਚ ਇੱਧਰਲੀ ਸਾਈਡ ਵਾਈਟ ਉੱਪਰ ਰੱਖਿਆ ਹੈ ਨਾ ਅਤੇ ਇੱਧਰ ਗ੍ਰੀਨ ਰੱਖਿਆ, ਤਾਂ ਆਪਾਂ ਹਰੇਕ ਪੱਤੀ ਵਿੱਚ ਇੱਦਾਂ ਕਰਨਾ, ਉਹ ਤੁਸੀਂ ਓਪੋਜ਼ਿਟ ਕਰ ਸਕਦੇ ਹੋ, ਠੀਕ ਹੈ। ਪਰ ਆਪਾਂ ਇੱਕ ਸਾਈਡ ਲਾਈਟ ਅਤੇ ਇੱਕ ਸਾਈਡ ਡਾਰਕ ਇੱਦਾਂ ਹੀ ਕਰਨਾ, ਠੀਕ ਹੈ। ਹੁਣ ਮੈਂ ਇੱਧਰੋਂ ਗ੍ਰੀਨ ਕਰ ਰਹੀ ਹਾਂ ਅੰਦਰੋਂ, ਠੀਕ ਹੈ, ਅਤੇ ਇੱਧਰੋਂ ਆਪਾਂ ਉੱਪਰੋਂ ਲਿਆਉਣਾ ਗ੍ਰੀਨ, ਠੀਕ ਹੈ। ਆਪਾਂ ਇਕੱਠਾ ਵੀ ਕਰ ਸਕਦੇ ਹਾਂਗੇ, ਠੀਕ ਹੈ। ਉਹ ਮੈਂ ਤੁਹਾਨੂੰ ਤਾਂ ਕਰਕੇ ਇੱਕ ਸਿੰਗਲ ਸਿੰਗਲ ਕੀਤੀ ਕਿ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਏ। ਤਾਂ ਹੁਣ ਆਪਾਂ ਦੋਨਾਂ ਨੂੰ, ਹੁਣ ਜਿਵੇਂ ਇੱਧਰੋਂ ਮੈਂ ਗ੍ਰੀਨ ਕਰ ਲਿਆ, ਇੱਧਰੋਂ ਵੀ ਗ੍ਰੀਨ ਕਰ ਲਿਆ, ਅਤੇ ਹੁਣ ਮੈਂ ਥੋੜ੍ਹਾ ਜਿਹਾ ਜਿਹੜਾ ਕ੍ਰੀਮਿਸ਼ ਕਲਰ ਲੈਂਦੀ ਹੁੰਦੀ ਹਾਂ ਤੁਹਾਨੂੰ ਪਤਾ ਹੀ ਹੈ ਨਾ, ਉਹ ਵਾਲਾ ਲੈ ਲਿਆ ਮੈਂ ਸੈਵ ਗ੍ਰੀਨ ਦੇ ਨਾਲ। ਆਲਮੋਸਟ ਜ਼ਿਆਦਾਤਰ ਮੈਂ ਇਹੀ ਸ਼ੇਡ ਲੈਂਦੀ ਹੈਗੀ, ਆਪਾਂ ਵਾਈਟ ਵੀ ਲੈ ਸਕਦੇ ਕੋਈ ਚੱਕਰ ਨਹੀਂ ਗਾ। ਠੀਕ ਹੈ, ਹੁਣ ਜਿਵੇਂ ਆਪਾਂ ਇੱਕ ਵਾਰੀ ਮਿਕਸਿੰਗ ਕਰ ਲਈ, ਫਿਰ ਇੱਦਾਂ ਇੱਦਾਂ ਮਿਕਸ ਕਰਕੇ ਨਾ ਨਾਲ ਨਾਲ ਸ਼ੇਡਿੰਗ ਵੀ ਸ਼ੋ ਕਰ ਦੇਣੀ ਹੈ, ਠੀਕ ਹੈ। ਇਸ ਤਰ੍ਹਾਂ ਦੋਨੇ ਚੀਜ਼ਾਂ ਜਦੋਂ ਤੁਹਾਨੂੰ ਲੱਗੇ ਵੀ ਇੱਕ ਕਲਰ ਘੱਟ ਰਿਹਾ ਤਾਂ ਦੁਬਾਰੇ ਬ੍ਰੱਸ਼ 'ਤੇ ਲਗਾ ਕੇ ਉਹ ਵਾਲਾ ਕਲਰ ਲੈ ਲਓ। ਫਿਰ ਜੇ ਐਂ ਲੱਗਦਾ ਵੀ ਹੁਣ ਇਹ ਮਤਲਬ ਉੱਪਰ ਆ ਗਿਆ ਗ੍ਰੀਨ ਆਪਾਂ ਨੂੰ ਚਾਹੀਦਾ ਉੱਪਰ ਨੂੰ, ਹੈ ਨਾ, ਤਾਂ ਫਿਰ ਗ੍ਰੀਨ ਲੈ ਕੇ ਬਸ ਵੀ ਮਤਲਬ ਵਧੀਆ ਜੀ ਮਿਕਸਿੰਗ ਕਰਨੀ ਹੈ ਤਾਂ ਆਪਾਂ ਵਧੀਆ ਜੀ ਸ਼ੇਡਿੰਗ ਕਰਨੀ ਹੈ, ਠੀਕ ਹੈ। ਬਸ ਲੱਗੇ ਆਪਣੀ ਪੱਤੀ, ਹੁਣ ਜਿਵੇਂ ਵੈਸੇ ਆਪਾਂ ਇੱਦਾਂ ਵੀ ਲਗਾ ਕੇ ਪਹਿਲਾਂ ਇੱਦਾਂ ਹੀ ਲਗਾ ਲਓ, ਠੀਕ ਹੈ, ਕਰੀਮ ਕਲਰ ਇੱਦਾਂ ਹੀ ਲਗਾ ਲਿਆ, ਫਿਰ ਬਾਅਦ 'ਚੋਂ ਇੱਦਾਂ ਇੱਦਾਂ ਮਿਕਸ ਕਰ ਦਿਓ, ਠੀਕ ਹੈ। ਇਹ ਨਾ ਮੇਰੇ ਬ੍ਰੱਸ਼ ਵਿੱਚ ਨਾ ਗੋਲਡਨ ਕਲਰ ਮਿਕਸ ਸੀਗਾ, ਉਹਦਾ ਸ਼ੇਡ ਵਿੱਚ ਆਈ ਜਾਂਦਾ ਹੈਗਾ ਗੋਲਡਨ, ਵੈਸੇ ਸੋਹਣਾ ਲੱਗ ਰਿਹਾ ਵਿੱਚ ਟੱਚ ਆ ਰਿਹਾ ਗੋਲਡਨ ਦਾ। ਠੀਕ ਹੈ, ਇੱਦਾਂ ਬਣਾਵਾਂਗੇ ਆਪਾਂ ਪੱਤੀਆਂ। ਓਕੇ, ਹੁਣ ਮੈਨੂੰ ਸਾਰੀਆਂ ਪੱਤੀਆਂ ਦੀ ਵੀਡੀਓ ਬਣਾਉਣ ਦੀ ਤਾਂ ਨਹੀਂ ਜ਼ਰੂਰਤ ਹੈਗੀ, ਸਾਰੀਆਂ ਬਸ ਇੱਦਾਂ ਹੀ ਬਣਾਉਣੀਆਂ ਆਪਾਂ, ਠੀਕ ਹੈ।
ਹੁਣ ਜਿਵੇਂ ਇੱਕ ਦਾ ਕਲਰ ਥੋੜ੍ਹਾ ਚੇਂਜ ਆ, ਮੈਂ ਉਹ ਥੋੜ੍ਹਾ ਜਿਹਾ ਕਰ ਦਿੰਦੀ ਹਾਂ, ਠੀਕ ਹੈ। ਜਿਵੇਂ ਆਪਾਂ ਇੱਥੇ ਜੇ ਆਹ ਪੱਤੀ ਬਣਾਉਣੀ ਹੈ, ਇਹ ਵਿੱਚ ਪੈਰਟ ਅਤੇ ਉੱਪਰ ਵਾਈਟ ਹੈ, ਠੀਕ ਹੈ। ਇਹਦੇ ਵਿੱਚ ਵੈਸੇ ਤਾਂ ਆਪਾਂ ਆਪਣੀ ਮਰਜ਼ੀ ਕਰ ਸਕਦੇ ਹਾਂਗੇ, ਇਹਦੇ ਵਿੱਚ ਨਾ ਦੋਨੋਂ ਪਾਸੇ ਹੀ ਆਪਾਂ ਸੈਂਟਰ ਵਿੱਚ ਗ੍ਰੀਨ ਰੱਖਿਆ ਹੋਇਆ ਹੈਗਾ, ਪਰ ਉਹ ਪੱਤੀਆਂ ਜ਼ਿਆਦਾ ਸੋਹਣੀਆਂ ਲੱਗਦੀਆਂ ਨਾ। ਚਲੋ ਤੁਹਾਨੂੰ ਇੱਕ ਇਹ ਵੀ ਇੱਕ ਚੀਜ਼ ਪਤਾ ਚੱਲ ਜੂਗੀ, ਠੀਕ ਹੈ। ਵਿੱਚੋਂ ਆਪਾਂ ਇੱਕ ਤਰ੍ਹਾਂ ਗ੍ਰੀਨ ਸ਼ੇਡਿੰਗ ਕਰਤੀ, ਪੈਰਟ ਗ੍ਰੀਨ। ਪਹਿਲਾਂ ਵਾਲੀ ਵੀਡੀਓ 'ਚ ਨਾ ਪੈਰਟ ਗ੍ਰੀਨ ਯੂਜ਼ ਕੀਤਾ ਸੀਗਾ, ਅਤੇ ਮੈਨੂੰ ਕਿਹਨੇ ਕਮੈਂਟ ਆਇਆ ਸੀਗਾ ਵੀ ਇਹਦਾ ਨੰਬਰ ਸ਼ੇਡ ਹੈ ਨਾ, ਵੀ ਦੱਸੋ ਪੈਰਟ ਗ੍ਰੀਨ ਦਾ ਕਿਹੜਾ, ਵੀ ਬੜਾ ਹੀ ਪਿਆਰਾ ਲੱਗ ਰਿਹਾ ਸ਼ੇਡ। ਇਹ ਮੈਂ ਖੁਦ ਰੈਡੀ ਕੀਤਾ ਹੈਗਾ, ਵੀ ਜਿਵੇਂ ਆਪਣਾ ਲਾਈਟ ਗ੍ਰੀਨ ਕਲਰ ਆਉਂਦਾ, ਉਹਦੇ ਵਿੱਚ ਗੋਲਡਨ ਯੈਲੋ ਮਿਕਸ ਕਰਕੇ ਮੈਂ ਇਹ ਰੈਡੀ ਕੀਤਾ ਹੈਗਾ। ਲਾਈਟ ਗ੍ਰੀਨ ਦੇ ਵਿੱਚ ਆਪਾਂ ਲੈਮਨ ਯੈਲੋ ਜਾਂ ਗੋਲਡਨ ਯੈਲੋ ਮਿਕਸ ਕਰਦੇ ਹਾਂ ਤਾਂ ਪੈਰਟ ਗ੍ਰੀਨ ਬਣ ਜਾਂਦਾ, ਠੀਕ ਹੈ। ਠੀਕ ਹੈ, ਇੱਥੇ ਨਾ ਆਪਣੇ ਡਰਾਈ ਡਰਾਈ ਕਲਰ ਥੋੜ੍ਹੇ ਜਿਹੇ ਡਰਾਈ ਡਰਾਈ ਚੱਲ ਰਹੇ ਨੇਗੇ, ਤਾਂ ਇਸ ਤਰ੍ਹਾਂ ਆਪਣੀ ਲੁੱਕ ਬਣਦੀ ਹੈ ਪੱਤੀ ਦੀ, ਠੀਕ ਹੈ। ਵੀ ਮਿਕਸਿੰਗ ਵੀ ਹੋ ਰਹੀ ਹੈ ਅਤੇ ਸ਼ੇਡਿੰਗ ਵੀ ਸ਼ੋ ਹੋ ਰਹੀ ਹੈ, ਠੀਕ ਹੈ। ਜਦੋਂ ਆਪਾਂ ਡਰਾਈ ਡਰਾਈ ਕਲਰ ਲਗਾਉਂਦੇ ਨਾ, ਉਦੋਂ ਵੈਸੇ ਕਲਰ ਵੀ ਬਹੁਤ ਜ਼ਿਆਦਾ ਸੋਫਟ ਟੱਚ ਆਉਂਦਾ ਹੈਗਾ ਕਲਰਸ ਦਾ। ਵੀ ਵੈਸੇ ਵੀ ਜਿਵੇਂ ਮੈਂ ਕਲਰਸ ਵਿੱਚ ਪਾਣੀ ਪਾਇਆ ਹੋਇਆ, ਪਰ ਜਦੋਂ ਮੈਂ ਕਲਰ ਲੈਂਦੀ ਹਾਂ, ਕਲਰ ਅਤੇ ਬ੍ਰੱਸ਼ ਲੈਂਦੀ ਹਾਂ, ਬ੍ਰੱਸ਼ ਅਤੇ ਕਲਰ ਲੈਂਦੀ ਹਾਂ, ਉਦੋਂ ਬ੍ਰੱਸ਼ ਨੂੰ ਨਾ ਕਾਫੀ ਕਲਰ ਘੱਟ ਕਰ ਦਿੰਦੀ ਹਾਂ ਉਹਨੂੰ ਪਹੁੰਚ ਪਹੁੰਚ ਕੇ ਉਹਦੇ ਸਾਈਡ ਤੋਂ, ਠੀਕ ਹੈ। ਓਕੇ, ਇਸ ਤਰ੍ਹਾਂ ਬਣੂਗੀ ਪੱਤੀ, ਅਤੇ ਬਸ ਬਾਕੀ ਸਾਰੀਆਂ ਪੱਤੀਆਂ ਇਸ ਤਰ੍ਹਾਂ ਬਣਨਗੀਆਂ, ਠੀਕ ਹੈ, ਡਾਰਕ ਗ੍ਰੀਨ ਅਤੇ ਸੈਪ ਗ੍ਰੀਨ। ਓਕੇ, ਹਾਂਜੀ ਫਰੈਂਡਸ, ਆਪਾਂ ਪੱਤੀਆਂ ਕੰਪਲੀਟ ਕਰ ਲਈਆਂ ਦੋਨੋਂ ਫਲਾਵਰਸ ਦੇ, ਅਤੇ ਬੇਸ ਵੀ ਲੱਗ ਗਿਆ, ਅਤੇ ਹੁਣ ਆਪਾਂ ਫਲਾਵਰ ਕਰਨੇ ਆਂਗੇ, ਠੀਕ ਹੈ। ਹੁਣ ਆਪਾਂ ਫਲਾਵਰ ਕਰਾਂਗੇ, ਇਹ ਵਾਲੇ ਸੇਮ ਕਲਰ ਹੀ ਆਪਾਂ ਯੂਜ਼ ਕਰਨੇ ਆਂਗੇ। ਇਹ ਨਾ ਮਹਿਰੂਨ ਕਲਰ ਹੈ, ਇੱਥੇ ਵੀਡੀਓ ਵਿੱਚ ਪਿੰਕ ਜਿਹਾ ਦਿਖ ਰਿਹਾ, ਪਰ ਇਹ ਮਹਿਰੂਨ ਹੈ ਰੀਅਲ 'ਚ, ਉੱਪਰ ਵੀ ਮਹਿਰੂਨ ਜਿਹਾ, ਅਤੇ ਆਹ ਔਰੇਂਜ ਯੈਲੋ ਹੈ, ਠੀਕ ਹੈ। ਜਿਵੇਂ ਆਪਾਂ ਪੱਤੀਆਂ ਕੀਤੀਆਂ ਨਾ, ਬਸ ਉਸੇ ਤਰ੍ਹਾਂ ਹੀ ਇਹ ਵੀ ਆਪਾਂ ਫਿਲ ਕਰਨਾ ਹੈਗਾ। ਸੇਮ ਉਹੀ ਬ੍ਰੱਸ਼ ਹੈ ਮੇਰੇ ਕੋਲ, 5 ਨੰਬਰ ਫਲੈਟ, ਠੀਕ ਹੈ। ਪਹਿਲਾਂ ਆਪਾਂ ਆਹ ਚੀਜ਼ ਕਰਦੇ ਹਾਂ, ਪਹਿਲਾਂ ਆਪਾਂ ਵਾਈਟ ਕਲਰ ਲਗਾਵਾਂਗੇ,
ਫਿਰ ਲਗਾਵਾਂਗੇ ਮਹਿਰੂਨ। ਫਿਰ ਇਹਨੂੰ ਮਿਕਸ ਕਰਾਂਗੇ। ਜਿਵੇਂ ਆਪਾਂ ਸ਼ੇਡਿੰਗ ਦੀ ਤਰ੍ਹਾਂ ਸ਼ੋ ਕਰਨਾ ਨਾ, ਤਾਂ ਆਪਾਂ ਇਸ ਤਰ੍ਹਾਂ ਮਿਕਸਿੰਗ ਕਰਾਂਗੇ ਇਹਨੂੰ ਇਸ ਤਰ੍ਹਾਂ ਵੀ ਆਪਣੀ ਮਿਕਸਿੰਗ ਵੀ ਲੱਗੇ ਅਤੇ ਸ਼ੇਡਿੰਗ ਵੀ ਲੱਗੇ, ਜਿਵੇਂ ਆਪਾਂ ਪੱਤੀਆਂ ਵਿੱਚ ਕੀਤਾ ਸੀਗਾ ਉਸੇ ਤਰ੍ਹਾਂ। ਠੀਕ ਹੈ, ਠੀਕ ਹੈ ਇਸ ਤਰ੍ਹਾਂ। ਠੀਕ ਹੈ, ਕੇਰਾਂ ਤਾਂ ਆਪਾਂ ਇਸ ਤਰ੍ਹਾਂ ਲਗਾ ਕੇ ਕਲਰ, ਠੀਕ ਹੈ, ਨੋਰਮਲ ਆਪਾਂ ਮਿਕਸਿੰਗ ਕਰ ਲੈਣੀ ਆ, ਵੀ ਜਿਵੇਂ ਆਪਣੀ ਸਿੰਪਲ ਆਪਾਂ ਮਿਕਸਿੰਗ ਕਰਦੇ ਹਾਂ, ਫਿਰ ਬਾਅਦ 'ਚੋਂ ਉਹਨੂੰ ਸ਼ੇਡਿੰਗ ਦੀ ਸ਼ੇਪ ਦੇ ਦਾਂਗੇ। ਠੀਕ ਹੈ, ਹੁਣ ਇਹਨੂੰ ਆਪਾਂ ਇੱਦਾਂ ਮਿਕਸ ਕਰ ਲੈਂਦੇ ਇੱਕ ਵਾਰੀ ਨੋਰਮਲੀ। ਫਿਰ ਆਪਾਂ ਬ੍ਰਸ਼ ਨੂੰ ਇਸ ਤਰ੍ਹਾਂ ਫਿਰ ਵਾਈਟ ਲੈ ਕੇ ਉੱਪਰ ਆਪਾਂ ਲਗਾਵਾਂਗੇ, ਮਤਲਬ ਜਿੰਨਾ ਚਿਰ ਵਧੀਆ ਜਿਹਾ ਨਹੀਂ ਬਣਦਾ ਉਨਾ ਚਿਰ ਆਪਾਂ ਇਹਦੇ ਨਾਲ ਪੰਗੇ ਲੈ ਹੀ ਜਾਣੇ ਹੈ। ਠੀਕ ਹੈ, ਜਦੋਂ ਆਪਾਂ ਵਧੀਆ ਕੰਮ ਕਰਨਾ ਹੁੰਦਾ ਨਾ, ਹਰੇਕ ਚੀਜ਼ ਟਾਈਮ ਲੈਂਦੀ ਆ। ਠੀਕ ਹੈ, ਹੁਣ ਇਹਦੇ ਵਿੱਚ ਦੇਖੋ ਮੈਂ ਕਿੰਨਾ ਉਹ ਕਰ ਰਹੀ ਹਾਂ, ਹੈ ਨਾ, ਉੱਪਰਲੀ ਪੱਤੀ ਵਿੱਚ ਵੀ ਮੈਂ ਕਿੰਨਾ ਉਹ ਕੀਤਾ ਸੀਗਾ ਅਤੇ ਇਹਦੇ ਵਿੱਚ ਵੀ ਜਿੰਨਾ ਚਿਰ ਵਧੀਆ ਨਹੀਂ ਬਣਦੀ ਉਨਾ ਚਿਰ ਆਪਾਂ ਅੱਗੇ ਨਹੀਂ ਜਾਂਦੇ।
ਅਤੇ ਜਿਨ੍ਹਾਂ 'ਚ ਪੇਸ਼ੈਂਸ ਨਹੀਂ ਹੁੰਦਾ ਉਹ ਉਵੇਂ ਹੀ ਫਾਹਾ ਵੱਢ ਕੇ ਗਾਂਹ ਹੋ ਜਾਂਦੇ ਆ, ਠੀਕ ਹੈ। ਫਿਰ ਉਹ ਕਹਿੰਦੇ ਵੀ ਸਾਡੇ ਡਿਜ਼ਾਇਨ 'ਚ ਫਿਨਿਸ਼ਿੰਗ ਨਹੀਂ ਆਈ, ਇੱਦਾਂ ਫਿਨਿਸ਼ਿੰਗ ਨਹੀਂ ਆਉਂਦੀ ਹੁੰਦੀ, ਟਾਈਮ ਦੇਣਾ ਪੈਂਦਾ ਹਰੇਕ ਚੀਜ਼ ਨੂੰ, ਠੀਕ ਹੈ। ਅਤੇ ਹੁਣ ਆਪਣਾ ਸੇਮ ਇਹ ਫਲਾਵਰ ਵਿੱਚ ਵੀ ਆਹੀ ਕਲਰ ਹੈਗੇ, ਠੀਕ ਹੈ। ਹੁਣ ਆਪਾਂ ਇਹਨੂੰ ਵੀ ਇਸੇ ਤਰੀਕੇ ਨਾਲ ਹੀ ਫਿਲ ਕਰਨਾ ਹੈਗਾ। ਪਹਿਲਾਂ ਆਪਣੀਆਂ ਸਾਰੀਆਂ ਪਿੱਛੇ ਵਾਲੀਆਂ ਪੱਤੀਆਂ ਕਰ ਲਾਂਗੇ ਅਤੇ ਲਾਸਟ 'ਤੇ ਆਹ ਵਾਲੀ ਆਊਗੀ, ਠੀਕ ਹੈ। ਵਾਈਟ ਲਗਾਵਾਂਗੇ, ਫਿਰ ਹੁਣ ਲਗਾਵਾਂਗੇ ਮਹਿਰੂਨ। ਸਿੰਪਲ ਮਿਕਸਿੰਗ ਕਰੋ, ਠੀਕ ਹੈ। ਦੇਖੋ ਹੁਣ ਤੁਹਾਨੂੰ ਇੱਕ ਹੋਰ ਇੱਕ ਆਈਡੀਆ ਮਿਲ ਗਿਆ, ਹੈ ਨਾ। ਜਿਵੇਂ ਆਪਾਂ ਉਹ ਚੀਜ਼ ਆਪਾਂ ਸ਼ੋਅ ਕਰਦੇ ਹੁੰਦੇ ਹਾਂ ਨਾ, ਇੱਕ ਬ੍ਰੱਸ਼ 'ਤੇ ਦੋਨੋਂ ਕਲਰ ਲੈ ਕੇ ਆਪਾਂ ਇਸ ਤਰ੍ਹਾਂ ਕਰਕੇ, ਹੈ ਨਾ, ਉਹ ਚੀਜ਼ ਕਰਦੇ ਹਾਂ। ਹੁਣ ਉਹ ਚੀਜ਼ ਤੁਸੀਂ ਇੱਦਾਂ ਵੀ ਸ਼ੋਅ ਕਰ ਸਕਦੇ ਹੋ, ਦੇਖੋ ਮਿਕਸਿੰਗ ਦੇ ਵਿੱਚ, ਹੈ ਨਾ, ਦੋਨੋਂ ਕਲਰ ਲਗਾਏ ਫਿਰ ਇਸ ਤਰ੍ਹਾਂ ਮਿਕਸ ਕੀਤਾ ਕਿ ਇੱਦਾਂ ਲੱਗੇ ਕਿ ਆਪਣੇ ਵਲ ਪੈ ਰਹੇ ਨੇ ਪੱਤੀ ਦੇ ਵਿੱਚ, ਜਦੋਂ ਵੀ ਆਪਾਂ ਜਿਵੇਂ ਪਹਿਲਾਂ ਵਾਈਟ ਕਲਰ ਲਗਾਇਆ ਉਹ ਵਿੱਚ ਮਿਕਸ ਨਹੀਂ ਹੋ ਰਿਹਾ, ਹੈ ਨਾ, ਇਹਦਾ ਮਤਲਬ ਉਹ ਸੁੱਕ ਗਿਆ, ਉਹ 'ਤੇ ਫਿਰ ਦੁਬਾਰੇ ਵਾਈਟ ਟੱਚ ਦੇ ਲਓ। ਹੁਣ ਜੇ ਤੁਹਾਨੂੰ ਇੱਥੋਂ ਐਂ ਲੱਗ ਰਿਹਾ, ਹੈ ਨਾ, ਇੱਥੇ ਵੀ ਆ ਜਿਵੇਂ ਮਜ਼ਾ ਜਿਹਾ ਨਹੀਂ ਆ ਰਿਹਾ, ਵੀ ਮਿਕਸ ਜਿਹਾ ਨਹੀਂ ਹੋ ਰਿਹਾ, ਉੱਥੇ ਫਿਰ ਦੁਬਾਰੇ ਕਲਰ ਲਗਾ ਕੇ ਵੀ ਉਹ ਚੀਜ਼ ਗਿੱਲੀ ਹੋ ਜਾਂਦੀ ਹੈ, ਫਿਰ ਉੱਥੇ ਜੇ ਤੁਸੀਂ ਬ੍ਰੱਸ਼ ਚਲਾਉਂਦੇ ਹੋ ਤਾਂ ਉਹ ਵਧੀਆ ਮਿਕਸਿੰਗ ਹੁੰਦੀ ਹੈ, ਠੀਕ ਹੈ। ਹਾਂ ਦੇਖੋ, ਠੀਕ ਹੈ, ਹੁਣ ਇਹ ਚੀਜ਼ ਤੁਹਾਡੀ ਉਹ ਉਸ ਤਰ੍ਹਾਂ ਬਣ ਗਈ ਨਾ, ਕਿ ਜਿਵੇਂ ਆਪਾਂ ਮੈਂ ਤੁਹਾਨੂੰ ਵਨ ਸਟੋਕ ਵਾਲੇ ਸਿਖਾਉਂਦੀ ਹੁੰਦੀ ਹਾਂ, ਜਿਵੇਂ ਦੋਨੋਂ ਸ਼ੇਡ 'ਤੇ ਆਪਾਂ ਜ਼ਿਗਜ਼ੈਗ ਪੱਤੀ ਬਣਾਉਂਦੇ ਹਾਂ, ਆ ਗਈ ਨਾ ਉਸ ਤਰ੍ਹਾਂ ਦੀ ਲੁੱਕ, ਠੀਕ ਹੈ। ਆਪਾਂ ਇੱਥੇ ਉਹ ਤਰੀਕੇ ਨਾਲ ਵੀ ਕਰ ਸਕਦੇ ਸੀਗੇ, ਜਿਵੇਂ 12 ਨੰਬਰ ਬ੍ਰੱਸ਼ ਲੈ ਕੇ ਦੋਨਾਂ ਪਾਸੇ ਆਪਾਂ ਕਲਰ ਲੈ ਕੇ ਉਹ ਕਰ ਸਕਦੇ ਸੀਗੇ, ਠੀਕ ਹੈ। ਬਸ ਹੁਣ ਥੋੜ੍ਹਾ ਜਿਹਾ ਵੀ ਮਤਲਬ ਲੁੱਕ 'ਚ ਚੇਂਜ ਆ ਜਾਂਦਾ ਹੁੰਦਾ ਹੈਗਾ, ਵੀ ਉਹਦੇ ਵਿੱਚ ਆਪਾਂ ਨੂੰ ਕਈ ਵਾਰ ਦੇਖਿਆ ਨਾ ਵੀ ਜਾਂ ਤਾਂ ਵਾਈਟ ਕਲਰ ਜ਼ਿਆਦਾ ਆਉਂਦਾ ਰਹਿੰਦਾ ਜਾਂ ਪਿੰਕ ਜਿਹੜਾ ਅੰਦਰ ਲਾਇਆ ਹੁੰਦਾ ਉਹ ਕਲਰ ਵੀ ਬਰਾਬਰ ਜਿਵੇਂ ਉਹ ਨਹੀਂ ਹੁੰਦੀ, ਠੀਕ ਹੈ। ਇਹਨਾਂ ਪੱਤੀਆਂ ਦੇ ਵਿੱਚ ਆਪਾਂ ਸ਼ੇਡ ਜਾਂ ਸ਼ੋਅ ਕਰਨਾ, ਇਸ ਕਰਕੇ ਆਪਾਂ ਇਸ ਤਰ੍ਹਾਂ ਕਰ ਰਹੇ ਹਾਂਗੇ, ਨਾਲ ਮਿਕਸਿੰਗ ਨਾਲ ਸ਼ੇਡਿੰਗ।
ਹਾਂ, ਮੈਂ ਜਿਵੇਂ ਵਾਈਟ ਲਗਾ ਰਹੀ ਹਾਂ, ਕਲਰ ਬਰੱਸ਼ ਦੇ ਵਿੱਚ ਦੂਸਰਾ ਕਲਰ ਆ ਜਾਂਦਾ ਨਾ, ਫਿਰ ਉਹ ਉੱਪਰ ਸ਼ੋਅ ਹੋਣ ਲੱਗ ਜਾਂਦਾ, ਫਿਰ ਆਪਾਂ ਇਹ ਦੁਬਾਰੇ ਵਾਈਟ ਕਲਰ ਲਗਾ ਕੇ ਇਹਨੂੰ ਠੀਕ ਕਰ ਸਕਦੇ ਹਾਂ। ਠੀਕ ਹੈ, ਆਹ ਤੁਸੀਂ ਦੇਖ ਸਕਦੇ ਹੋਗੇ ਇਹਦੇ ਵਿੱਚ ਨਾ ਸ਼ੇਡਿੰਗ ਸ਼ੋਅ ਹੋ ਰਹੀ ਹੈਗੀ। ਠੀਕ ਹੈ, ਆਪਾਂ ਮਿਕਸਿੰਗ ਕਰਕੇ ਸ਼ੇਡਿੰਗ ਕਰ ਰਹੇ ਹਾਂ। ਇੱਕ ਵਾਰੀ ਲਗਾ ਕੇ ਇਹ ਇੱਦਾਂ ਮਿਕਸ ਹੁੰਦਾ। ਠੀਕ ਆ, ਫਿਰ ਆਪਾਂ ਦੁਬਾਰੇ ਵਾਈਟ ਦੁਬਾਰੇ ਮਹਿਰੂਨ ਲਗਾ ਕੇ ਫਿਰ ਉਹ ਸ਼ੇਡਿੰਗ ਦਿੰਦੇ ਹਾਂਗੇ। ਓਕੇ, ਧਿਆਨ ਰੱਖਿਓ ਇਸ ਚੀਜ਼ ਦਾ ਵੀ ਪਹਿਲੀਆਂ ਵਿੱਚ ਹੀ ਉਹ ਸ਼ੇਡ ਵਾਲੀ ਲੁੱਕ ਨਹੀਂ ਆਊਗੀ ਜਦੋਂ ਆਪਾਂ ਕਲਰ ਲਗਾਉਂਦੇ ਹਾਂ। ਹੁਣ ਜਦੋਂ ਹੁਣ ਮੈਂ ਲਗਾਏ ਨਾ ਦੋਨੇ, ਵਾਈਟ ਵੀ ਦੁਬਾਰੇ ਲਗਾਏ ਅਤੇ ਮਹਿਰੂਨ ਵੀ ਦੁਬਾਰੇ ਲਗਾਇਆ, ਹੁਣ ਮੈਂ ਬ੍ਰੱਸ਼ ਪੂੰਝ ਕੇ ਹੁਣ ਮੈਂ ਦੁਬਾਰੇ ਕਰ ਰਹੀ ਹਾਂ, ਹੁਣ ਇਹ ਚੀਜ਼ ਬਣੂੰਗੀ। ਠੀਕ ਹੈ, ਹਜੇ ਵੀ ਥੋੜ੍ਹੀ ਕਮੀ ਲੱਗ ਰਹੀ ਹੈ ਮੈਨੂੰ, ਦੇਖੋ। ਫਿਰ ਮੈਂ ਉੱਪਰ ਵਾਈਟ ਦੇ ਰਹੀ ਹਾਂ ਦੁਬਾਰੇ। ਠੀਕ ਹੈ, ਅਤੇ ਹੁਣ ਨੀਚੇ
ਮਹਿਰੂਨ ਦੁਆਰੀ ਲਗਾਇਆ ਅਤੇ ਹੁਣ ਫਿਰ ਮੈਂ ਇਸ ਤਰ੍ਹਾਂ ਕਰਾਂਗੀ, ਠੀਕ ਹੈ। ਓਕੇ, ਬਸ ਸੇਮ ਇਸੇ ਤਰ੍ਹਾਂ ਹੀ ਔਰੇਂਜ ਕਰਨਾ, ਠੀਕ ਹੈ। ਦੋਨਾਂ ਦੀ ਵੀਡੀਓ ਬਣਾਉਣ ਦੀ ਜ਼ਰੂਰਤ ਤਾਂ ਨਹੀਂ ਮੈਨੂੰ, ਦੁੱਧ ਮੈਂ ਫਾਸਟ ਬਣਾ ਦੂੰਗੀ, ਠੀਕ ਹੈ। ਹੁਣ ਆਪਾਂ ਇਹਨੂੰ ਕਰਾਂਗੇ ਨੀਚੋਂ ਮਹਿਰੂਮ।
ਠੀਕ ਹੈ। ਬਾਅਦ 'ਚ ਆਪਾਂ ਇਹਦੀ ਆਊਟਲਾਈਨਿੰਗ ਕਰਕੇ ਪੂਰੀ ਇਹਦੀ ਫਿਨਿਸ਼ਿੰਗ ਕਰਾਂਗੇ, ਠੀਕ ਹੈ। ਜਦੋਂ ਇਹ ਸੁੱਕ ਜੂਗਾ ਆਪਾਂ ਸਾਰਾ ਡਿਜ਼ਾਈਨ ਕੰਪਲੀਟ ਕਰਕੇ ਉਦੋਂ ਬਾਅਦ ਲਾਸਟ 'ਤੇ ਆਪਾਂ ਆਊਟਲਾਈਨਿੰਗ ਕਰਾਂਗੇ। ਓਕੇ, ਅਤੇ ਹੁਣ ਮੈਂ ਇਹਨੂੰ ਇੱਕ ਪੱਤੀ ਕਰਕੇ ਦਿਖਾਉਂਦੀ ਹਾਂ ਤੁਹਾਨੂੰ ਇੱਕ ਵਾਰੀ, ਠੀਕ ਹੈ। ਫਿਰ ਬਾਕੀ ਮੈਂ ਫਾਸਟ ਕਰ ਦਾਂਗੀ, ਵੀਡੀਓ ਬਹੁਤ ਲੰਬਾ ਹੋ ਜਾਂਦਾ ਹੈਗਾ। ਬਾਕੀ ਸਾਰਾ ਸੇਮ ਹੀ ਹੋਊਗਾ, ਜਿਵੇਂ ਇਹਦੇ ਵਿੱਚ ਮੈਂ ਹੁਣ ਵੀ ਦੋ ਕਲਰ ਯੂਜ਼ ਕਰਾਂਗੀ, ਇੱਕ ਯੈਲੋ ਅਤੇ ਇੱਕ ਔਰੇਂਜ, ਠੀਕ ਹੈ। ਜਿਵੇਂ ਹੁਣ ਵਾਈਟ ਲਗਾ ਲਿਆ, ਇੱਥੇ ਆਪਾਂ ਹੁਣ ਯੈਲੋ ਲਗਾ ਲਿਆ, ਥੋੜ੍ਹਾ ਜਿਹਾ ਜਿਵੇਂ ਮੈਨੂੰ ਡਿਜ਼ਾਈਨ ਵਿੱਚ ਨਾ ਦਿਖ ਰਿਹਾ ਸੀਗਾ ਵੀ ਔਰੇਂਜ ਦੇ ਨੀਚੇ ਵੀ ਮੈਨੂੰ ਥੋੜ੍ਹਾ ਥੋੜ੍ਹਾ ਯੈਲੋ ਟੋਨ ਜੀ ਲੱਗ ਰਹੀ ਸੀਗੀ, ਤਾਂ ਕਰਕੇ ਮੈਂ ਯੈਲੋ ਕਰ ਲਿਆ। ਹੁਣ ਮੈਂ ਔਰੇਂਜ ਲਗਾ ਰਹੀ ਹਾਂ ਵੀ ਹਲਕਾ ਹਲਕਾ ਜਿਹੀ ਯੈਲੋ ਸ਼ੋ ਕੀਤਾ ਨੀਚੇ, ਬਾਕੀ ਜ਼ਿਆਦਾ ਔਰੇਂਜ ਹੀ ਸ਼ੋ ਕਰਾਂਗੇ, ਠੀਕ ਹੈ। ਓਕੇ, ਠੀਕ ਹੈ। ਇਸ ਤਰ੍ਹਾਂ ਕਰਾਂਗੇ ਇਹਨੂੰ। ਵੀਡੀਓ ਵਿੱਚ ਥੋੜ੍ਹਾ ਜਿਹਾ ਲਾਈਟ ਦਿਖ ਰਿਹਾ ਪਰ ਰੀਅਲ ਵਿੱਚ ਲਾਈਟ ਨਹੀਂ ਹੈਗਾ, ਇਹ ਡਾਰਕ ਹੈ, ਇੱਧਰੋਂ ਯੈਲੋ ਸ਼ੋ ਹੋ ਰਿਹਾ ਇੱਧਰੋਂ ਔਰੇਂਜ, ਠੀਕ ਹੈ। ਇਸ ਤਰ੍ਹਾਂ ਹੀ ਕਰਾਂਗੇ ਆਪਾਂ, ਜਿਵੇਂ ਹੁਣ ਮੈਂ ਇਹ ਫਲਾਵਰ ਕੀਤਾ ਸਾਰਾ ਕੰਪਲੀਟ, ਇਸ ਤਰ੍ਹਾਂ ਹੀ ਕਰਨਾ। ਓਕੇ, ਹਾਂਜੀ ਫਰੈਂਡਸ, ਆਪਾਂ ਇਹ ਆਪਣਾ ਹੋ ਗਿਆ ਸੀ ਕੰਪਲੀਟ, ਠੀਕ ਹੈ। ਫਲਾਵਰ ਵਗੈਰਾ ਹੁਣ ਮੈਂ ਛੋਟੇ ਫਲਾਵਰ ਬਣਾਏ ਨੇਗੇ, ਠੀਕ ਹੈ। ਹੁਣ ਆਪਾਂ ਇੱਥੇ ਬਣਾਉਣੇ ਆ, ਮੈਂ ਤੁਹਾਨੂੰ ਬਣਾ ਕੇ ਦਿਖਾਉਂਦੀ ਹਾਂ ਕਿਸ ਤਰ੍ਹਾਂ ਬਣਾਉਣੇ ਆ।
ਪਹਿਲਾਂ ਆਪਾਂ ਜਿਵੇਂ ਵਾਈਟ, ਹੁਣ ਜਿਵੇਂ ਇਹ ਕੋਟਨ ਹੁੰਦਾ ਨਾ, ਆਪਾਂ ਕੋਟਨ 'ਤੇ ਜਦੋਂ ਆਪਾਂ ਕਲਰ ਲਗਾਉਂਦੇ ਹਾਂ ਵਾਈਟ ਸੋਕ ਜਾਂਦਾ ਇਹ, ਠੀਕ ਹੈ ਵੀ ਆਪਾਂ ਜਿਹੜਾ ਕਲਰ ਲਗਾਇਆ ਡੱਲ ਪੈ ਜਾਂਦਾ ਹੈਗਾ ਵਾਈਟ, ਖਾਸ ਕਰਕੇ ਕੱਪੜਾ ਸੋਕ ਲੈਂਦਾ। ਹੁਣ ਮੈਂ ਛੋਟੇ ਛੋਟੇ ਫਲਾਵਰ ਪਹਿਲਾਂ ਇੱਦਾਂ ਹੀ ਬਣਾ ਲਾਂਗੀ। ਜਿੱਥੇ ਚਾਰ ਪੱਤੀਆਂ ਬਣਦੀਆਂ ਚਾਰ ਬਣਾ ਲਓ, ਪੰਜ ਬਣਾਉਣੀਆਂ ਪੰਜ ਬਣਾ ਲਓ। ਮੈਂ ਛੋਟੇ ਫਲਾਵਰ ਕਈ ਤਰੀਕਿਆਂ ਨਾਲ ਬਣਾਉਂਦੀ ਹੁੰਦੀ ਹੈਗੀ। ਇੱਕ ਤਾਂ ਜਸਟ ਮੈਂ ਬਸ ਡੈਬ ਡੈਬ ਜਿਹਾ ਕਰਕੇ, ਅਤੇ ਹੁਣ ਆਪਾਂ ਇਹਦੇ 'ਚ ਥੋੜ੍ਹੇ ਦੋ ਕਲਰ ਲਗਾ ਕੇ ਕਰਾਂਗੇ। ਪਹਿਲਾਂ ਇੱਕ ਵਾਰੀ ਵਾਈਟ ਲਗਾ ਕੇ, ਹੁਣ ਇਹ ਜਿਵੇਂ ਸੁੱਕ ਜੂਗਾ ਨਾ ਤਾਂ ਵੀ ਡੱਲ ਹੋ ਜੂਗਾ। ਜੇ ਆਪਾਂ ਹੁਣੇ ਇੱਥੇ ਇਹਨੂੰ ਕੰਪਲੀਟ ਕਰਦੇ ਹਾਂ ਤਾਂ ਫਿਰ ਇਹ ਸੁੱਕ ਜੂਗਾ ਅਤੇ ਡੱਲ ਜਿਹਾ ਹੋ ਜੂਗਾ। ਇਸ ਕਰਕੇ ਪਹਿਲਾਂ ਆਪਾਂ ਇਹਨੂੰ ਉਹ ਕਰ ਦਾਂਗੇ, ਫਿਰ ਬਾਅਦ 'ਚੋਂ ਫਿਰ ਦੁਬਾਰੇ ਵਾਈਟ ਕਲਰ ਲਗਾ ਕੇ ਫਿਰ ਦੂਜਾ ਕਲਰ ਲਗਾ ਕੇ ਕਰਾਂਗੇ। ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਇਹ ਛੋਟੇ ਛੋਟੇ ਫਲਾਵਰ। ਠੀਕ ਹੈ, ਇੱਕ ਇੱਧਰ ਬਣਨਗੇ ਸੇਮ ਕਲਰ ਦੇ। ਐਂ ਇਹ ਜੇ ਛੋਟੇ ਫਲਾਵਰ ਐਵੇਂ ਉੱਪਰ ਪੱਤੀ ਦੇ ਆਉਂਦੇ ਕੋਈ ਚੱਕਰ ਨਹੀਂ। ਠੀਕ ਹੈ, ਠੀਕ ਹੈ। ਚਾਹੇ ਆਪਾਂ ਹੁਣ ਨਾ ਜਿਵੇਂ ਇਹਦੇ ਵਿੱਚ ਸਾਰੇ ਕਿਤੇ, ਜਿਵੇਂ ਇੱਥੇ ਵੀ ਹੈ, ਇੱਥੇ ਵੀ ਹੈ, ਇੱਥੇ ਔਰੇਂਜ ਹੈ, ਜਿਵੇਂ ਇੱਥੇ ਬਲੂ ਹੈ, ਇਸ ਤਰ੍ਹਾਂ ਅਲੱਗ ਅਲੱਗ ਕਲਰ ਦੇ ਨੇ, ਪਹਿਲਾਂ ਵਾਈਟ ਬੇਸ ਚਾਹੇ ਬੇਸ਼ੱਕ ਤੁਸੀਂ ਸਾਰੇ ਹੀ ਆਪਾਂ ਲਗਾ ਸਕਦੇ ਹੈਗੇ। ਠੀਕ ਹੈ, ਬਾਅਦ 'ਚੋਂ ਕਲਰਫੁੱਲ
ਫਿਰ ਜਿੱਥੇ ਇੱਕ ਕਲਰ ਦਾ ਕਰਨਾ ਆਪਾਂ ਪਹਿਲਾਂ ਉਹ ਇੱਕ ਕਲਰ ਕੰਪਲੀਟ ਕਰਕੇ ਫਿਰ ਦੂਸਰੇ ਕਲਰ ਦਾ ਕਰ ਸਕਦੇ ਹਾਂ। ਠੀਕ ਹੈ, ਕਈ ਕਈ ਮੇਰੇ ਸੂਟ ਤਾਂ ਨਾ ਇੰਨੇ ਡਿਲੇ ਲੇਟ ਹੋ ਜਾਂਦੇ ਆ ਨਾ, ਆਹ ਸੂਟ ਦੀ ਵੀ ਸੈਂਤ ਬੜੀ ਠੰਡੀ ਆ, ਇੰਨੇ ਦਿਨ ਹੋ ਗਏ ਇਹਨੂੰ ਅੱਡੇ 'ਚ ਲੱਗੇ ਨੂੰ, ਪੂਰਾ ਹੀ ਨਹੀਂ ਹੋਣ 'ਚ ਆਉਂਦਾ। ਠੀਕ ਹੈ, ਇਸ ਤਰ੍ਹਾਂ ਆਪਾਂ ਲਗਾ ਲਾਂਗੇ। ਹੁਣ ਇਹ ਸੁੱਕੂਗਾ ਨਾ, ਇਹ ਥੋੜ੍ਹਾ ਡੱਲ ਹੋ ਜੂਗਾ, ਫਿਰ ਇਹਨੂੰ ਥੋੜ੍ਹਾ ਫਿਰ ਵਾਈਟ ਲਗਾ ਕੇ ਨਾਲ ਨਾਲ ਫਿਰ ਆਪਾਂ ਜਿਹੜਾ ਕਲਰ ਲਗਾਉਣਾ ਉਹ ਕਲਰ ਲਗਾਵਾਂਗੇ। ਠੀਕ ਹੈ, ਹਾਂਜੀ ਫਰੈਂਡਸ, ਦੇਖ ਸਕਦੇ ਹੋ ਤੁਸੀਂ ਨਾ ਬਹੁਤ ਜ਼ਿਆਦਾ ਲਾਈਟ ਹੋ ਗਿਆ, ਰੀਅਲ ਵਿੱਚ ਤਾਂ ਬਹੁਤ ਹੀ ਜ਼ਿਆਦਾ ਲਾਈਟ ਹੋਇਆ ਵਿਆ ਹੈਗਾ, ਵੀਡੀਓ ਵਿੱਚ ਕਾਫੀ ਅੱਛਾ ਦਿਖ ਰਿਹਾ ਹੈਗਾ ਵੀ ਨਹੀਂ ਹੁੰਦਾ ਹੋਇਆ ਹੁੰਦਾ ਜਿਵੇਂ, ਪਰ ਰੀਅਲ ਵਿੱਚ ਬਹੁਤ ਜ਼ਿਆਦਾ ਲਾਈਟ ਹੈਗਾ। ਠੀਕ ਹੈ, ਅਤੇ ਹੁਣ ਆਪਾਂ ਇਹਨੂੰ ਨਾਲ ਨਾਲ ਵਾਈਟ ਦੁਬਾਰੇ ਕਰੀ ਚੱਲਾਂਗੇ ਅਤੇ ਨਾਲ ਨਾਲ ਕਲਰ ਫਿਲ ਕਰਾਂਗੇ। ਠੀਕ ਹੈ, ਹੁਣ ਜਿਵੇਂ ਮੇਰੇ ਕੋਲ 0 ਨੰਬਰ ਫਲੈਟ ਬ੍ਰੱਸ਼ ਹੈ। ਠੀਕ ਹੈ, ਹੁਣ ਜਿਵੇਂ ਮੈਂ ਵਾਈਟ ਲਗਾ ਲਿਆ, ਠੀਕ ਹੈ, ਗਿੱਲੇ ਗਿੱਲੇ ਵਿੱਚ ਹੀ ਮੈਂ ਮਹਿਰੂਨ ਟੱਚ ਇੱਦਾਂ ਦੇਵਾਂਗੀ। ਠੀਕ ਹੈ, ਜਿਵੇਂ ਥੋੜ੍ਹੇ ਜਿਹੇ ਕਵਰ ਕਰ ਲਏ ਆਪਾਂ ਇਕੱਠੇ ਹੀ, ਵੀ ਜਿੰਨੇ ਕੁ ਲੱਗਦਾ ਵੀ ਇੰਨੇ ਕੁ ਹਜੇ ਵੀ ਨਹੀਂ ਸੁੱਕੂਗਾ, ਓਨਾ ਕੁ ਜਿੰਨਾ ਕੁ ਆਪਾਂ ਹੈਂਡਲ ਕਰ ਸਕਦੇ ਹਾਂ ਓਨੇ ਵਿੱਚ ਵਾਈਟ ਵਾਈਟ ਲਗਾ ਕੇ ਫਿਰ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਬਸ ਐਂ ਟੱਚ ਦੇਣਾ ਆਪਾਂ। ਠੀਕ ਹੈ, ਗਿੱਲੇ ਗਿੱਲੇ ਵਿੱਚ ਦੇਣਾ, ਇਹ ਸੁੱਕਣ ਤੋਂ ਬਾਅਦ ਨਹੀਂ ਦੇਣਾ। ਠੀਕ ਹੈ, ਗਿੱਲਾ ਜਿਹਾ ਹੁੰਦਾ ਕਿ ਉਹ ਵਿੱਚ ਆਪਸ 'ਚ ਮਰਜ ਜੇ ਹੋ ਜਾਂਦਾ ਹੈਗਾ। ਠੀਕ ਹੈ, ਜਿਹੜੇ ਆਪਾਂ ਸਿੰਗਲ ਸਿੰਗਲ ਲਾਉਣੇ ਆ ਇਹਨਾਂ ਵਿੱਚ ਬਸ ਸਿੰਗਲ ਸਿੰਗਲ ਟੱਚ ਦੇਣਾ ਆਪਾਂ, ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ। ਠੀਕ ਹੈ, ਹੁਣ ਜਿਵੇਂ ਆਪਾਂ ਦੁਬਾਰੇ ਕੀਤਾ ਵਾਈਟ ਅਤੇ ਹੁਣ ਇਹ ਡੱਲ ਨਹੀਂ ਹੋਊਗਾ। ਠੀਕ ਹੈ, ਹੁਣ ਇਹ ਇੱਥੇ ਹੀ ਰਹੂਗਾ।
ਠੀਕ ਹੈ, ਇਸ ਤਰ੍ਹਾਂ ਕਰਾਂਗੇ ਆਪਾਂ ਫਿਲ। ਬਾਕੀ ਜਿਵੇਂ ਇੱਥੇ ਫਲਾਵਰ ਆ ਜਿਹੜੇ, ਇਹਨਾਂ ਵਿੱਚ ਵੀ ਇਹੀ ਕਲਰ ਹੈ, ਇਹਨਾਂ ਇਹਨਾਂ ਵਿੱਚ ਸਾਰਿਆਂ 'ਚ ਅਲੱਗ ਅਲੱਗ ਕਲਰ ਆ ਗਏ। ਠੀਕ ਹੈ, ਹਾਂਜੀ ਫਰੈਂਡਸ, ਆਪਾਂ ਨਾ ਫਲਾਵਰਸ ਦੀ ਆਊਟਲਾਈਨਿੰਗ ਕਰ ਲਈ ਹੈ। ਠੀਕ ਹੈ, ਬਾਕੀ ਜਿਹੜੇ ਛੋਟੇ ਫਲਾਵਰ ਆ ਉਹ ਮੈਂ ਪਹਿਲਾਂ ਆਊਟਲਾਈਨਿੰਗ ਕਰਕੇ ਨਾ ਬਾਅਦ 'ਚੋਂ ਕੰਪਲੀਟ ਕਰੂੰਗੀ ਉਹਨਾਂ ਨੂੰ। ਐਕਚੁਲੀ ਉਹ ਫਲਾਵਰ ਨਾ ਥੋੜ੍ਹਾ ਥੋੜ੍ਹਾ ਜਿਵੇਂ ਪੱਤੀਆਂ ਦੇ ਉੱਪਰ ਆਉਂਦੇ ਨੇ, ਪੱਤੀਆਂ ਦੇ ਉੱਪਰ ਆਉਂਦੇ ਆ, ਫਲਾਵਰਸ ਦੇ ਉੱਪਰ ਆਉਂਦੇ ਆ ਥੋੜ੍ਹੇ ਥੋੜ੍ਹੇ ਵੀ, ਮਤਲਬ ਕਿਤੇ ਕਿਤੇ, ਤਾਂ ਆਪਾਂ ਨੂੰ ਪਹਿਲਾਂ ਵੀ ਆਹ ਨੀਚੇ ਵਾਲੀ ਚੀਜ਼ ਨੂੰ ਆਪਾਂ ਨੂੰ ਕੰਪਲੀਟ ਕਰ ਲੈਣਾ ਚਾਹੀਦਾ ਸੀਗਾ। ਠੀਕ ਹੈ, ਅਤੇ ਇਸ ਕਰਕੇ ਮੈਂ ਹੁਣ ਇਹ ਜਿਹੜਾ ਨੀਚੇ ਆ, ਹੁਣ ਇਹ ਬਸ ਇਹਨਾਂ ਫਲਾਵਰਸ ਦੀ ਸਿਰਫ ਆਊਟਲਾਈਨਿੰਗ ਰਹਿੰਦੀ ਸੀਗੀ, ਬਾਕੀ ਕੰਪਲੀਟ ਹੈ, ਅਤੇ ਪੱਤੀਆਂ ਦੀ ਵੀ ਆਊਟਲਾਈਨਿੰਗ ਰਹਿੰਦੀ ਹੈ, ਪੱਤੀਆਂ ਵੀ ਕੰਪਲੀਟ ਹੈ। ਠੀਕ ਹੈ, ਤਾਂ ਆਪਾਂ ਇਹ ਆਊਟਲਾਈਨਿੰਗ ਕਰ ਰਹੇ ਹਾਂਗੇ। ਠੀਕ ਹੈ, ਜਿਹੜੀ ਸਾਈਡ ਲਾਈਟ ਹੈ ਬਸ ਉਧਰਲੀ ਸਾਈਡ ਹੀ ਕਰਨਾ ਆਪਾਂ ਵਾਈਟ। ਠੀਕ ਹੈ, ਇੱਧਰਲੀ ਜਿਵੇਂ ਹੁਣ ਇਸ ਪੱਤੀ 'ਤੇ ਦੋਨੋਂ ਸਾਈਡ ਹੈ, ਤਾਂ ਆਪਾਂ ਦੋਨੋਂ ਸਾਈਡ ਕਰਾਂਗੇ। ਠੀਕ ਹੈ, ਹੁਣ ਆਪਾਂ ਜਿਹੜੇ ਛੋਟੇ ਫਲਾਵਰ ਹੈ ਨਾ, ਇਹਨਾਂ ਦੇ ਵਿੱਚ ਸੈਂਟਰ 'ਚ ਬਲੈਕ ਡੋਟਸ ਲਗਾਵਾਂਗੇ 0 ਨੰਬਰ ਬਰੱਸ਼ ਨਾਲ, ਬਿਲਕੁਲ ਹਲਕਾ ਹਲਕਾ, ਕਿਉਂਕਿ ਫਲਾਵਰ ਬਹੁਤ ਛੋਟੇ ਹੈ ਨਾ, ਤਾਂ ਬਸ ਇੱਕ ਡੋਟਸ। ਠੀਕ ਹੈ, ਠੀਕ ਹੈ, ਹਾਂਜੀ ਫਰੈਂਡਸ, ਹੁਣ ਆਪਣਾ ਡਿਜ਼ਾਈਨ ਰੈਡੀ ਹੋ ਗਿਆ। ਠੀਕ ਹੈ, ਬਸ ਕੰਪਲੀਟ, ਓਕੇ। ਆਪਾਂ ਸੂਟ 'ਤੇ ਕੀਤਾ ਹੈਗਾ ਇੱਕ ਨੀਚੇ, ਠੀਕ ਹੈ, ਘੇਰੇ ਦੇ ਨੀਚੇ, ਅਤੇ ਇੱਕੋ ਥੋੜ੍ਹਾ ਜਿਹਾ ਉੱਪਰ, ਹਿੱਪ ਦੇ ਅੱਧਾ ਉੱਪਰ ਅੱਧਾ ਨੀਚੇ। ਠੀਕ ਹੈ, ਕਿਵੇਂ ਲੱਗਿਆ ਮੇਰਾ ਡਿਜ਼ਾਈਨ ਕਮੈਂਟ ਕਰਿਓ। ਠੀਕ ਹੈ, ਅਤੇ ਆਈ ਹੋਪ ਤੁਹਾਨੂੰ ਸਮਝ ਵਧੀਆ ਆਈ ਹੋਣੀ, ਇਹ ਤੁਹਾਨੂੰ ਵਧੀਆ ਸਮਝ ਆਈ ਤਾਂ ਮੈਨੂੰ ਇਹ ਵੀ ਦੱਸਿਓ, ਹੈ ਨਾ। ਠੀਕ ਹੈ, ਓਕੇ ਫਰੈਂਡਸ, ਬਾਏ।
ਹਾਂਜੀ ਫਰੈਂਡਸ, ਆਪਾਂ ਇਹਦੇ ਨਾਲ ਦੁਪੱਟਾ ਵੀ ਰੈਡੀ ਕਰ ਲਿਆ ਹੈਗਾ। ਦੁਪੱਟੇ 'ਤੇ ਆਪਾਂ ਇਸ ਤਰ੍ਹਾਂ ਫਲਾਵਰ ਪਾਏ ਨੇਗੇ, ਫੋਰ ਸਾਈਡ ਸਪੇਸ ਛੱਡ ਛੱਡ ਕੇ, ਠੀਕ ਹੈ। ਬਸ ਇੱਕ ਮਹਿਰੂਨ, ਇੱਕ ਔਰੇਂਜ, ਇੱਕ ਮਹਿਰੂਨ, ਬਸ ਇੱਦਾਂ ਕਰਕੇ ਪਾ ਲਏ, ਠੀਕ ਹੈ। ਸੇਮ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਸੂਟ 'ਤੇ ਕਰਿਆ, ਸੇਮ ਉਹੀ ਤਰੀਕਾ ਯੂਜ਼ ਕੀਤਾ, ਠੀਕ ਹੈ। ਬਸ ਇਹਦੇ ਆਸੇ ਪਾਸੇ ਆ ਲਾਈਨਸ ਜੀਆਂ ਜ਼ਿਆਦਾ ਉਹ ਕਰਤੀਆਂ ਆਪਾਂ, ਠੀਕ ਹੈ। ਓਕੇ।